ਛੋਟਾ ਜਨਾਬ ਐਤਕੋ ਇਹ ਵੀ ਅੱਗ ਬਾਲਣ ਲਈ ਜਨਾਬ ਬੰਦੀ ਵੀ ਇੱਥੇ ਵੀ ਅੱਗ ਸ਼ੱਗ ਬਾਲਣੇ ਹੋਏ ਤੱਕੋ ਜੀ ਪੁਰਾਣਾ ਕਾਫੀ ਪੁਰਾਣਾ ਮਕਾਨ ਪਹਿਲੇ ਦੌਰ ਹੀ ਰੋਸ਼ਨਦਾਨ ਬਣਨੇ ਹੋਣੇ ਸਨ ਇਹ ਤੱਕ ਹੀ ਸਕਣੇ ਰੋਸ਼ਨਦਾਨ ਇਹ ਖਿੜਕੀਆਂ ਤੱਕੋ ਇਹ ਡਿਜ਼ਾਇਨ ਚੈੱਕ ਕਰੋ ਤੁਸੀਂ ਇਹ ਡਿਜ਼ਾਇਨ ਤੱਕੇ ਨੇ ਇੱਥੇ ਜਿਹੜੀ ਫੈਮਿਲੀ ਰਹਿਣੀ ਪਈ ਉਹਨਾਂ ਆਲਰੇਡੀ ਇਹ ਸਮਾਨ ਰੱਖਿਆ ਵਾ ਤਾਂ ਤੁਸੀਂ ਪਿੱਛੇ ਕਿੱਥੇ ਦਿਓ ਅਸਾਂ ਪਿੱਛੇ ਡਮੇਲੀ ਅੱਛਾ ਡਮੇਲੀ ਦੀਨੇ ਕੋਲ ਗੰਦ ਪਿਆ ਰਹੀਮ ਕਿਆ ਹਾਲ ਜਨਾਬ ਠੀਕ ਹੋ ਸਿਹਤਾਂ ਤਬੀਅਤਾਂ ਜਨਾਬ ਦੀਆਂ ਠੀਕੀਆਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਸੋ ਔਰ ਆਪਣੀ ਜਿਹੜੀ ਜ਼ਿੰਦਗੀ ਹੈ ਅਹਿਸਨ ਅੰਦਾਜ਼ ਨਾਲ ਗੁਜ਼ਾਰਨੇ ਹੋ ਸੋ ਅੱਜ ਤੁਸੀਂ ਦੀ ਖਿਦਮਤ ਵਿੱਚ ਫਿਰ ਇੱਕ ਵਾਰੀ ਹਾਜ਼ਰ ਹੋਏ ਹਾਂ ਇੱਕ ਤਾਰੀਖੀ ਮਕਾਨ ਕਿਣੀ ਕਿ ਪੁਰਾਣਾ ਯੂਕੇ ਲੈਣਾ ਉਹ ਮਕਾਨ ਕਿ ਜਿਹੜਾ ਸਦੀਆਂ ਪੁਰਾਣਾ ਬੰਦ ਰਿਹਾ ਲੇਕਿਨ ਅੱਜ ਕੱਲ੍ਹ ਇਸ ਵਿੱਚ ਫੈਮਿਲੀ ਤਾਂ ਰਹਿਣੀ ਹੈ ਪੀ ਲੇਕਿਨ ਜਿਹੜੇ ਮਾਲਕ ਸਨ ਬਾਰੂ ਸਾਹਿਬ ਚੌਧਰੀ ਬਾਰੂ ਮਰਹੂਮ ਉਹ ਦੁਨੀਆਂ ਪਰ ਨਹੀਂ ਰਹੇ ਅੱਲਾ ਉਹਨਾਂ ਨੂੰ ਜਾਨ ਅੱਛਾ ਕਰਿਆ ਪਿੱਛੇ ਮਕਾਨ ਹੈ ਉਹਨਾਂ ਨੇ ਜਿਹੜੇ ਅਸਾਂ ਉੱਥੋਂ ਕੀ ਦੱਸਾਂ ਕਿ ਉਹ ਤਾਰੀਖੀ ਮਕਾਨ ਉਹ ਪੁਰਾਣੇ ਮਕਾਨ ਜਿਹੜੇ ਉਹ ਛੋੜੀ ਗਏ ਦੁਨੀਆਂ ਪਰ ਚਲੇ ਗਏ ਜਿਹੜੀਆਂ ਬਾਕੀ ਫੈਮਿਲੀਜ਼ ਹਨ ਉਹ ਬਾਕੀ ਤਾਂ ਉਹਨਾਂ ਦੀਆਂ ਯੂਕੇ ਨੇ ਅੰਦਰ ਰਹੀਆਂ ਅਤੇ ਅੱਜ ਅਸਾਂ ਜਨਾਬ ਆਏ ਹਾਂ ਡੁਡਿਆਲ ਆਜ਼ਾਦ ਕਸ਼ਮੀਰ ਨੇ ਇੱਕ ਹੋਰ ਗ੍ਰਾਂ ਨੇ ਅੰਦਰ ਤਾਂ ਜਨਾਬ ਹੁਣ ਇਨਸ਼ਾ ਅੱਲਾ ਤੁਸੀਂ ਕਿ ਉਹ ਮਕਾਨ ਦੱਸਣੇ ਆ ਉਮੀਦ ਹੈ ਕਿ ਤੁਸੀਂ ਕਿ ਉਹ ਮਕਾਨ ਪਸੰਦ ਵੀ ਹੈ ਸੀ ਔਰ ਉੱਥੇ ਜਿਹੜੀਆਂ ਅੰਦਰ ਮਕਾਨ ਹੈ ਔਰ ਕਿਆ ਕਿਆ ਚੀਜ਼ਾਂ ਨੇ ਅੰਦਰ ਉਹ ਸਾਰੀਆਂ ਅਸਾਂ ਤੁਸੀਂ ਕਿ ਜਨਾਬ ਦੱਸਣੇ ਹਾਂ ਅਤੇ ਤੁਸਾਂ ਕਿ ਇੱਕ ਹੀ ਰਿਕੁਐਸਟ ਹੈ ਕਿ ਤੁਸੀਂ ਚੈਨਲ ਕਿ ਲਾਈਕ ਸਬਸਕ੍ਰਾਈਬ ਸ਼ੇਅਰ ਲਾਜ਼ਮੀ ਕਰੀ ਉੜੋ ਅਤੇ ਹੁਣ ਜੁਲਨੇ ਹਾਂ ਅੰਦਰ ਤੱਕਣੇ ਹਾਂ ਉੱਥੇ ਕਿਆ ਕੋਈ ਸੂਰਤ ਹਾਲ ਹੈ ਤੁਸਾਂ ਕਿ ਨਾਲ ਨਾਲ ਦੱਸਣੇ ਹਾਂ ਲੋ ਨਾਜ਼ਰੀਨ ਅਸਾਂ ਹੁਣ ਉਸ ਮਕਾਨ ਨੇ ਏਰੀਆ ਵੀ ਜੁਲਨੇ ਹਾਂ ਮਾਸ਼ਾ ਅੱਲਾ ਇਹ ਇੰਟਰੀ ਅਸਾਂ ਕਰਨੇ ਹਾਂ ਪੇ ਇਹ ਤੱਕੋ ਜਨਾਬ ਮਾਸ਼ਾ ਅੱਲਾ ਪਹਿਲੇ ਤਾਂ ਅਸਾਂ ਇੱਥੇ ਜਿਹੜਾ ਅੰਦਰ ਆਏ ਹਾਂ ਤਾਂ ਕਿ ਬੇਜੀ ਔਰ ਬੈਠੇ ਵੇ ਕੋਈ ਪਤਾ ਨਹੀਂ ਕੋਈ ਕੱਟਣੇ ਪਿਓ ਵੀ ਦੱਸਾਂ ਸਟਾਰਟਿੰਗ ਇੱਥੇ ਤੱਕ ਹੀ ਸਕਣ ਮੈਂ ਜੂਈ ਉਸ ਮਕਾਨ ਨੇ ਅੰਦਰ ਆਇਆ ਤਾਂ ਇਹ ਜਨਾਬ ਬੱਕਰੀ ਇਹ ਤੱਕੋ ਤਾਂ ਨਾਲ ਹੀ ਤੱਕੋ ਕੋਈ ਦਰਖਤ ਜਾਵੇ ਇਹਨਾਂ ਤਾਂ ਬੱਕਰੀ ਸ਼ੱਕਰੀ ਬੱਧੀ ਵੀ ਅਤੇ ਮਕਾਨ ਇਹ ਤੱਕ ਹੈ ਤਾਂ ਤੁਸਾਂ ਕਿ ਜਨਾਬ ਪਹਿਲੇ ਤਾਂ ਜੁਲਨੇ ਹਾਂ ਅੰਦਰ ਸਾਰਾ ਤੁਸਾਂ ਕਿ ਕੋਸ਼ਿਸ਼ ਕਰਸਾਂ ਦੱਸਾਂ ਇੱਥੇ ਬੇਜੀ ਕਿ ਬੈਠੇ ਹੋਏ ਮਾਸ਼ਾ ਅੱਲਾ ਬੱਚੀਆਂ ਬੈਠੀ ਹੋਈਆਂ ਅਸਲਾਮ ਵਾਲੇਕਮ ਜੀ ਕਿਆ ਹਾਲ ਹੈ ਭਾਅ ਜੀ ਠੀਕ ਹੋ ਸਿਹਤ ਠੀਕ ਹੈ ਨਾ ਪਛਾਣਿਆ ਨਾ ਕੋਈ ਕੌਣ ਆ ਮੈਂ ਚੌਵੀ ਸਾਲ ਤਾਂ ਕੈਸਾ ਇਹ ਤਾਰੀਖੀ ਮਕਾਨ ਹੈ ਤਾਂ ਅਸੀਂ ਕੈਸਾ ਪਾਇਆ ਨੇ ਮਜ਼ਾ ਆਸ਼ਨਾ ਇੱਥੇ ਰਹਿਣੇ ਨਾ ਠੀਕ ਹੈ ਤਾਂ ਇਹ ਕਿਸਰਾ ਮਕਾਨ ਹੈ ਲਾ ਠੀਕ ਹੈ ਜਿਹੜੇ ਦੁਨੀਆਂ ਪਰ ਨਹੀਂ ਰਹੇ ਠੀਕ ਹੈ ਜੀ ਜੀ ਚਲੋ ਜੀ ਭੇਜੀ ਤੇ ਕੰਮ ਕਰਨੇ ਪਏ ਤਾਂ ਹੋਰ ਬੱਚੋ ਤੁਸੀਂ ਪੜ੍ਹਨੇ ਹੋ ਕਿਤਨੀ ਪ੍ਰੈਪ ਹੈ ਚਲੋ ਜਨਾਬ ਹੁਣ ਆਸਤਾ ਆਸਤਾ ਉਹ ਮਕਾਨ ਤਾਂ ਇਹ ਤੱਕ ਹੀ ਸਕਣੇ ਹੋ ਜਨਾਬ ਜੁਲਨੇ ਅੱਗੇ ਮਕਾਨ ਨੇ ਬਾਹਰੋਂ ਹਾਲ ਤੁਸੀਂ ਕੀ ਦੱਸਣੇ ਆ ਬਹੁਤ ਪੁਰਾਣਾ ਤਾਰੀਖੀ ਮਕਾਨ ਹੈ ਇਹ ਤੱਕੋ ਜਨਾਬ ਮਾਸ਼ਾ ਅੱਲਾ ਇਧਰੋਂ ਵੀ ਤੱਕੋ ਤਾਂ ਇਧਰੋਂ ਵੀ ਤੱਕੋ
ਫਿਰ ਨਾਲ ਨਾਲ ਦੱਸਾਂ ਕਿ ਜਨਾਬ ਸਾਰੀ ਤਰਤੀਬ ਦੱਸਾਂ, ਅੰਦਰ ਤੋਂ ਵੀ ਦੱਸਾਂ, ਉੱਪਰ ਤੋਂ ਵੀ ਦੱਸਾਂ, ਇਸ ਬੈਕ ਸਾਈਡ ਵੀ ਦੱਸਾਂ। ਕਾਫੀ ਬੜਾ ਵਿਹੜਾ ਵੀ ਹੈ ਇੱਥੇ, ਤਾਂ ਕੋਈ ਦਰਸ਼ਕ ਲੱਗੇ ਹੋਏ ਅੱਗੇ ਪਿੱਛੇ ਸਾਰਾ। ਅਤੇ ਹੁਣ ਅਸਾਂ ਅੰਦਰ ਜੁੜਨੇ ਹਾਂ, ਅਤੇ ਪਹਿਲੇ ਇੱਧਰ ਵੀ ਤੱਕਣੇ ਹਾਂ ਕਿਆ ਕੋਈ ਮਾਮਲਾ, ਅਤੇ ਕਿਉਂਕਿ ਨਾਲੋਂ ਨਾਲ ਦੱਸਣੇ ਹਾਂ। ਇਸ ਤਰ੍ਹਾਂ ਜਨਾਬ ਹੈ ਤਾਂ ਕੀ ਸੁੱਕਣੇ ਹੋ ਕਿ ਤੁਸੀਂ ਪਤਾ ਘਰ ਵਾਲੇ ਅੰਦਰ ਸਭ ਤੋਂ ਪਹਿਲੇ ਹੋਣੀ ਸਕਾਫਤ, ਦਰੀਜ, ਕਿਚਨ ਹੋਣਾ, ਦਰੀਜ ਹੋਣੀ ਹੈ ਤਾਂ ਕੀ ਸੁੱਕਣੇ ਜਨਾਬ। ਇਹ ਕਿਚਨ ਆਈ ਥਿੰਕ ਅੰਦਰ ਵੀ ਜੁਲਸਾਂ, ਅਤੇ ਇਹ ਨਾਲ ਤੱਕੋ ਜਨਾਬ, ਉਸ ਦੌਰ ਤੱਕੋ ਜੀ, ਅਤੇ ਇਹਨਾਂ ਲੋਕਾਂ ਨੇ ਜ਼ਰੂਰਤ ਜ਼ਿੰਦਗੀ ਦੀਆਂ ਚੀਜ਼ਾਂ ਇੱਧਰ ਪਈਆਂ ਵੀ ਆ, ਅਤੇ ਇਹ ਦਰੀਜ ਬਣਤੀ ਵੀ ਹੈ ਜਨਾਬ, ਮਾਸ਼ਾ ਅੱਲਾ। ਇੱਧਰ ਤੱਕੋ ਇਹ ਥੱਲੇ ਤੱਕੋ ਬਿੱਲੀਆਂ ਵੀ ਇੱਥੇ ਫਿਰਨੀਆਂ ਪਈਆਂ, ਅਤੇ ਇਹ ਇਹਨਾਂ ਮੁਰਗੇ ਛੁਰਗੇ ਵੀ ਰੱਖੇ ਹੋਏ। ਕਾਫੀ ਪੁਰਾਣਾ ਮਕਾਨ ਇਹ ਲੱਗਣਾ ਪਿਆ, ਕਿਉਂਕਿ ਕਾਫੀ ਇਸਨੇ ਖਸਤਾ ਹਾਲਤ ਹੈ। ਇਹ ਤਾਂ ਕੀ ਸਕਦੇ ਹੋ, ਤਾਰੀਖੀ ਪੁਰਾਣਾ ਮਕਾਨ। ਇਹ ਤੱਕੋ ਜਨਾਬ ਦਰੀਜ, ਇਹ ਦਰੀਜ ਤੁਸੀਂ ਪਤਾ ਕਿ ਇਹ ਸਕਾਫਤ ਹੋਣੀ, ਜਿੱਥੇ ਵੀ ਲੋਕ ਖਾਣਾ ਪੀਣਾ ਕਰਨੇ ਦਰੀਜ ਮਸਟ ਹੋਣੀ ਹੈ ਤੱਕੋ, ਕਿਉਂਕਿ ਇੱਥੇ ਆਲਰੇਡੀ ਇੱਕ ਫੈਮਲੀ ਵਸਣੀ ਹੈ ਵੀ 22 ਸਾਲ ਤੋਂ। ਇਹ ਤੱਕੋ ਜਨਾਬ ਮਾਸ਼ਾ ਅੱਲਾ, ਇੱਧਰ ਤੱਕੋ ਬੱਕਰੀਆਂ ਛੱਕਰੀਆਂ ਵੀ ਆਈ ਗਈਆਂ ਬੱਚੇ। ਇਹ ਤੱਕੋ ਅੰਦਰ ਕਿਚਨ, ਅੰਦਰ ਜੁੜਨੇ ਹਾਂ ਕਿਉਂਕਿ ਇਹ ਵੀ ਦੱਸਣੇ ਆ। ਇਸ ਲਈ ਜਨਾਬ ਅਸਾਂ ਕਿਚਨਾਂ ਵਿੱਚ ਹਾਜ਼ਰ ਹੋਏ ਹਾਂ ਜਨਾਬ, ਅੰਦਰ ਕਿਚਨਾਂ ਵਿੱਚ। ਤਾਂ ਇਹ ਪਹਿਲੇ ਤਾਂ ਮੈਂ ਤੱਕੋ ਦਰਵਾਜ਼ਾ, ਇਹ ਦਰਵਾਜ਼ਾ ਤੱਕੋ ਕਿ ਬੜਾ ਪੁਰਾਣਾ ਦਰਵਾਜ਼ਾ ਹੈ, ਇਹ ਤੱਕਿਆ ਨਹੀਂ ਇਸਦੀ ਹਾਲਤ। ਤੁਸੀਂ ਪਤਾ ਪੁਰਾਣੇ ਮਕਾਨਾਂ ਵਿੱਚ ਤਾਂ ਇਹ ਤਿਆਰ ਨੇ, ਲੇਕਿਨ ਇਸ ਤਰ੍ਹਾਂ ਇਹ ਤਕਰੀਬਨ ਇਹ ਖਤਮ ਨਹੀਂ ਹੋਇਆ, ਲੇਕਿਨ ਇਹ ਦਰਵਾਜ਼ਾ ਤੱਕੋ ਕਿ ਅੰਦਰ ਇਹਨਾਂ ਕਾਫੀ ਅੱਗ ਛੱਗ ਵੀ ਬਾਲੀ ਹੋਈ, ਜਿਸ ਦੀ ਵਜ੍ਹਾ ਤੋਂ ਅੰਦਰ ਕਾਫੀ ਜਿਹੜਾ ਨਾ, ਇਹ ਤੱਕੋ ਜਨਾਬ ਉੱਪਰ, ਇਹ ਤੱਕੋ ਉੱਪਰ ਬਾਲੇ ਪਏ ਵੇ, ਇਹ ਤਾਂ ਕਹਿੰਦੇ ਇਹ ਸਭ ਬਾਲੇ ਉੱਪਰ, ਜਿਹੜੇ ਉੱਪਰ ਲੱਕੜਾਂ ਵੀ ਪਈਆਂ ਹੋਈਆਂ ਇਸ ਮਕਾਨਾਂ ਉੱਪਰ। ਇੱਧਰ ਅੱਗੇ ਛੋ ਤਾਂ ਜਨਾਬ ਇਹ ਤੱਕੋ ਇਹ ਵੀ ਅੱਗ ਬਾਲਣ ਲਈ ਜਨਾਬ ਬੰਦੀ ਵੀ, ਇੱਥੇ ਵੀ ਅੱਗ ਛੱਗ ਬਾਲਣੇ ਹੋਏ। ਤੱਕੋ ਜੀ ਪੁਰਾਣਾ, ਕਾਫੀ ਪੁਰਾਣਾ ਮਕਾਨ ਇਹ ਤੱਕੋ, ਇਹ ਧੂੰਆਂ ਕੱਢਣੇ ਸੀ ਇਹਨਾਂ ਬਾਹਰ, ਜਿਹੜਾ ਸੁਰਾਖ ਰੱਖੇ ਵੇ, ਇਹ ਸਮਾਨ ਸਮਾਨ ਪਏ ਆ ਇੱਥੇ ਅੰਦਰ, ਕਾਫੀ ਪੁਰਾਣਾ ਜੀ। ਮੈਂ ਤਾਂ ਇਹ ਚੀਜ਼ ਤੁਸੀਂ ਮੈਂ ਕਮੈਂਟ ਵਿੱਚ ਦੱਸਿਆ ਤੁਸੀਂ ਕੈਸੀ ਲੱਗੀ, ਮੈਂ ਤਾਂ ਬੜੀ ਜ਼ਬਰਦਸਤ ਲੱਗੀ ਜੀ। ਇਹ ਤੱਕੋ ਮਾਸ਼ਾ ਅੱਲਾ, ਇਹ ਜਨਾਬ ਤੱਕੋ ਕਿ ਮਕਾਨਾ ਨਹੀਂ ਬਾਹਰੋਂ ਲੁੱਕ ਤੱਕੋ, ਕਿਸ ਤਰੀਕੇ ਨਾਲ ਪਹਿਲੇ ਦੌਰ ਹੀ ਰੋਸ਼ਨਦਾਨ ਬਣਨੇ ਹੋਣੇ ਸਨ, ਇਹ ਤਾਂ ਕੀ ਸਕਣੇ ਰੋਸ਼ਨਦਾਨ। ਇਹ ਖਿੜਕੀਆਂ ਤੱਕੋ, ਇਹ ਡਿਜ਼ਾਇਨ ਚੈੱਕ ਕਰੋ ਤੁਸੀਂ, ਇਹ ਡਿਜ਼ਾਇਨ ਤੱਕੇ ਨੇ। ਇਹ ਇੱਕ ਹੋਰ ਚੱਕੋ ਜੀ ਮਾਸ਼ਾ ਅੱਲਾ, ਇਹ ਤੱਕੋ ਜਨਾਬ ਇਹ ਡੰਡਾ ਜਿਹੜਾ ਚੀਜ਼ਾਂ ਸੀ ਨਾ ਕੁੱਟਣੇ, ਇਸ 'ਤੇ ਨਾ ਰੱਖਿਆ ਵਾ, ਇਹ ਵੀ ਜਨਾਬ ਤਾਂ ਕੀ ਸਕਣੇ ਹੋ। ਇਹ ਖਿੜਕੀਆਂ ਦਰਵਾਜ਼ੇ ਤੱਕੋ ਜ਼ਬਰਦਸਤ, ਇੱਧਰ ਵੀ ਤੱਕੋ ਜਨਾਬ। ਹੁਣ ਅਸਾਂ ਇਸ ਕਮਰੇ 'ਚ ਜੁੜਨੇ ਹਾਂ ਜਨਾਬ, ਕਿਉਂਕਿ ਤੁਸੀਂ ਪਤਾ ਕਿ ਆਲਰੇਡੀ ਤਾਂ ਕੋਈ ਫੈਮਿਲੀ ਵਸਣੀ ਹੈ, ਇਸ ਵਾਸਤੇ ਅਸਾਂ ਇਹਨਾਂ ਕੋਲ ਪਹਿਲੇ ਇਜਾਜ਼ਤ ਕਹਿੰਦੀ ਹੈ। ਇਹ ਤੱਕੋ ਕਿਹਾ ਜ਼ਬਰਦਸਤ ਜਨਾਬ, ਇਹ ਦਰਵਾਜ਼ੇ ਤੱਕੋ ਅਸਾਂ, ਦਰਵਾਜ਼ੇ ਚੈੱਕ ਕਰੋ ਕਿੰਨੇ ਜ਼ਬਰਦਸਤ ਬਣਤੇ ਵੇ, ਇਹ ਸਦੀਆਂ ਪੁਰਾਣੇ ਦਰਵਾਜ਼ੇ ਨੇ, ਕਾਫੀ ਡਿਜ਼ਾਇਨ ਵੀ ਹੈ, ਰੰਗ ਰੋਗਨ ਵੀ ਹੋਏ ਆ ਇਹ ਤੱਕਿਆ ਨੇ ਉੱਪਰ। ਇਹ ਦਰਵਾਜ਼ਾ ਤੱਕੋ ਕਿੰਨਾ ਜ਼ਬਰਦਸਤ ਕਿਸਮ ਦਾ ਦਰਵਾਜ਼ਾ, ਪੁਰਾਣਾ ਦਰਵਾਜ਼ਾ, ਇਹ ਤੱਕੋ ਛੱਤੀਆਂ ਛੱਤੀਆਂ ਬੰਤੀਆਂ ਵੀ ਆ। ਇੱਧਰ ਤੱਕੋ ਇਹ ਉੱਪਰ ਤੱਕੋ ਜਨਾਬ ਜਿਹੜੇ ਬਾਲੇ ਪਏ ਵੇ, ਕੜੀਆਂ ਤੱਕੋ ਤੁਸਾਂ ਜਿਹੜੀਆਂ ਤਿਆਰ ਨੀਆਂ ਕੜੀਆਂ, ਇਹ ਮੈਂ ਕਲੋਜ਼ ਕਰੀ ਦੱਸਾਂ, ਇਹ ਤੱਕਿਆ ਨੇ ਅੱਜੇ ਵੀ ਜਨਾਬ ਇਹ ਕਿੰਨੀਆਂ ਜ਼ਬਰਦਸਤ ਕਿਸਮ ਦੀਆਂ ਬੰਤੀਆਂ ਵੀ ਆ ਜਨਾਬ, ਮਾਸ਼ਾ ਅੱਲਾ। ਇਹ ਤੱਕੋ ਇੱਥੇ ਬੱਚੇ ਕੋਈ ਪੜ੍ਹਨੇ ਪਏ, ਉਹਨਾਂ ਨੇ ਗੱਡੀਆਂ ਛੱਡੀਆਂ ਪਈਆਂ ਵੀ, ਤਾਂ ਇਹ ਨਾਜ਼ਰੀਨ ਤੁਸਾਂ ਕਿ ਅੱਜ ਅਗਰ ਯਾਦ ਆਈ ਜਾਂ ਕਿਸੇ ਨਾ ਦੱਸੀ ਹੋਇਆ, ਤਾਂ ਇਸ ਕੀ ਆਖਦੇ ਤਖਤੀ, ਇਹ ਤਾਂ ਕਹਿੰਦੇ ਤਖਤੀ।
ਐਂ ਤੋ ਕੋ ਪਰ ਮਹੀਨੇ ਲਿਖੇ ਹੋਏ ਜਨਵਰੀ ਫਰਵਰੀ ਮਾਰਚ ਜ਼ਬਰਦਸਤ ਸੀ ਤਾਂ ਇਹ ਬੱਚੇ ਤਾਂ ਜ਼ਰਾ ਪੜ੍ਹਨੇ ਪਏ ਫੈਮਲੀ ਕੋਈ ਰਹਿਣੀ ਪਈ ਪੰਜਾਬ ਜਾਣੇ 22 ਸਾਲ ਤੋਂ ਰਹਿਣੀ ਪਈ ਅਤੇ ਉਹਨਾਂ ਇੱਥੇ ਆਪਣਾ ਸੈਟਅਪ ਹੀ ਰੱਖਿਆ ਹੁਣ ਦੂਏ ਕਮਰੇ ਜੁਲਨੇ ਹਾਂ ਸੋ ਜੀ ਉਹ ਵੀ ਦੱਸਣੇ ਹਾਂ ਇਸ ਲਈ ਨਾਜ਼ਰੀਨ ਅਸਾਂ ਇਹ ਸਟੋਰ ਰੂਮ ਹੈ ਮੈਂ ਉੱਥੋਂ ਆਉਣਾ ਹਾਂ ਕਿ ਇੱਥੇ ਬੜੀਆਂ ਬੜੀਆਂ ਤਾਰੀਖੀ ਚੀਜ਼ਾਂ ਪਈਆਂ ਹੋਈਆਂ ਇਹ ਤਾਂ ਕਹਿ ਸਕਦੇ ਹੋ ਕਿ ਇਹ ਕੋਈ ਜਾਨਵਰਾਂ ਨੇ ਜਿਹੜੇ ਕੋਈ ਦਾਂਦਾਂ ਸ਼ਾਂਦਾਂ ਨੇ ਸ਼ੌਕੀਨ ਇੱਥੇ ਜਿਹੜੀ ਫੈਮਲੀ ਰਹਿਣੀ ਪਈ ਉਹਨਾਂ ਆਲਰੇਡੀ ਇਹ ਸਮਾਨ ਰੱਖਿਆ ਵਾ ਹੁਣ ਕਹਿ ਕੁਝ ਹੈ ਕਿਉਂਕਿ ਹੁਣ ਪਾਵਰ ਇੱਥੇ ਦਾ ਦੱਸਣ ਇਹ ਇੱਥੇ ਪਏ ਆ ਚਲੋ ਅਸੀਂ ਇੰਨਾ ਚੈੱਕ ਨਾ ਕਰਨੇ ਤਾਂ ਇਹ ਦਰਵਾਜ਼ੇ ਤੱਕੋ ਕਿਤੇ ਜ਼ਬਰਦਸਤ ਕਿਸਮ ਦੇ ਦਰਵਾਜ਼ੇ ਨੇ ਮੇਨ ਸਾਂ ਤੱਕੋ ਕਿ ਮੈਂ ਜੇ ਤੱਕਣਾ ਪਿਆ ਇਹ ਛੱਤ ਤੱਕੋ ਇਹ ਛੱਤ ਤੱਕੋ ਉੱਪਰ ਕਿਤਨੇ ਜ਼ਬਰਦਸਤ ਕਿਸਮ ਦੇ ਜਨਾਬ ਛੱਤ ਪਏ ਵੇ ਇਸ ਵਿੱਚ ਬਿਲਕੁਲ ਇਸਨੀ ਬੈਕ ਸਾਈਡ ਤੋਂ ਜਾਸਾਂ ਦਾ ਪਤਾ ਲੱਗ ਸੀ ਤਾਂ ਇਹ ਤਾਂ ਕਹਿ ਸਕਦੇ ਜਨਾਬ ਸਭ ਪੁਰਾਣੇ ਇਹ ਕੋਈ ਬੱਚੇ ਵੀ ਛੱਕ ਪੈਣਾ ਕੋਈ ਵੀ ਜਿਹੜੇ ਰਹਿਣੇ ਕੋਈ ਇੰਨਾ ਮਾਸ਼ ਮਾਰ ਕੇ ਟਰਾਫੀਆਂ ਵੀ ਪਈਆਂ ਹੋਈਆਂ ਇਹ ਤਾਂ ਕਹਿ ਸਕਦੇ ਜਨਾਬ ਜ਼ਬਰਦਸਤ ਨਾ ਵੀ ਸਟੋਰ ਰੂਮ ਹੈ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਮਕਾਨ ਵੀ ਪੁਰਾਣਾ ਤਾਂ ਲੋਕਾਂ ਪੁਰਾਣੀਆਂ ਚੀਜ਼ਾਂ ਵੀ ਰੱਖੀਆਂ ਹੋਈਆਂ ਇਹ ਤੋਂ ਕੁਝ ਨਾ ਕਹਿ ਜ਼ਬਰਦਸਤ ਕਿਸਮ ਨਹੀਂ ਜਨਾਬ ਇਹ ਕੋਈ ਚੀਜ਼ ਦਾ ਮਸਾਲੇ ਬਾਹਣੇ ਲਈ ਨਹੀਂ ਲੱਗਣਾ ਪਿਆ ਇਹ ਤਾਂ ਕਹਿੰਦੇ ਜਾਂ ਕੋਈ ਨਾ ਸਮਾਨ ਰੱਖਿਆ ਉਸ ਇਹ ਤੋਂ ਕੁਝ ਨਾ ਇੱਧਰ ਵੀ ਤੱਕੋ ਤਾਂ ਇੱਧਰ ਵੀ ਤੱਕੋ ਇਹ ਜਨਾਬ ਤੱਕੋ ਮੁਰਗੀ ਬੈਠੀ ਵੀ ਜਨਾਬ ਅੰਡਿਆਂ ਉੱਪਰ ਕਿਆ ਬਾਤ ਹੈ ਜੀ ਇਹ ਤੱਕੋ ਜਨਾਬ ਹੁਣ ਅਸਾਂ ਇੱਕ ਹੋਰ ਕਮਰੇ ਜੁਲੇ ਹਾਂ ਪਹਿਲੇ ਤਾਂ ਬਾਹਰੋਂ ਸੀ ਲੁੱਕ ਤੱਕੋ ਇਸ ਦੀ ਇਹ ਤਾਂ ਕਿਹਨੇ ਬਾਹਰੋਂ ਲੁੱਕ ਤਾਂ ਹੁਣ ਅੰਦਰ ਜੁਲੇ ਹਾਂ ਇਹ ਤੱਕੋ ਜਨਾਬ ਦਰਵਾਜ਼ੇ ਇਹ ਦਰਵਾਜ਼ੇ ਤੱਕੋ ਇਹ ਦਰਵਾਜ਼ੇ ਤੱਕੋ ਜਨਾਬ ਤਾਂ ਇਹ ਹੈ ਕੋਈ ਸਟੋਰ ਰੂਮ ਤਾਂ ਬਾਰਬੇ ਜੀ ਬੈਠੇ ਪਏ ਬਾਣੇ ਪਏ ਕਿ ਇਹ ਜਿਹੜੇ ਸਮਾਨ ਹੈ ਖੱਟਾਂ ਛੱਟਾਂ ਇਹ ਉਹਨਾਂ ਦੀਆਂ ਪਈਆਂ ਹੋਈਆਂ ਪੁਰਾਣੀਆਂ ਜਿਹੜੇ ਆਪੇ ਬੁਲਾਏ ਤੇ ਇਹ ਤਾਂ ਕਹਿ ਸਕਦੇ ਹੋ ਜਨਾਬ ਇਹ ਵੀ ਤੱਕੋ ਕਮਰਾ ਇਸਨੇ ਨਾਲ ਅਟੈਚ ਹੋਣਾ ਇਸ ਪਾਸੋਂ ਤਾਂ ਇਹ ਤੱਕੋ ਜਨਾਬ ਕਿਆ ਬਾਤ ਹੈ ਇਹ ਛੱਤ ਤੱਕੋ ਮਾਸ਼ਾਅੱਲਾ ਅੱਜ ਤੁਸੀਂ ਕਿ ਮੈਂ ਤੁਹਾਨੂੰ ਦੱਸ ਰਹੇ ਹਾਂ ਪੁਰਾਣੇ ਮਕਾਨ ਤਾਂ ਤੁਸੀਂ ਪਸੰਦ ਵੀ ਕਰਨੇ ਹੋਈ ਹੈ ਜਿਵੇਂ ਪੁਰਾਣੀਆਂ ਤਾਰੀਖੀ ਚੀਜ਼ਾਂ ਤਾਂ ਤੁਸੀਂ ਅਸਾਂ ਬੜੇ ਬੜੇ ਦੂਰ ਨਿਕਲੇ ਹਾਂ ਗਏ ਪਿੱਛੇ ਇਹ ਤੱਕੋ ਜਨਾਬ ਛੱਤ ਇਹ ਦਰਵਾਜ਼ੇ ਤੱਕੋ ਜੀ ਇਹ ਕੋਈ ਪੁਰਾਣਾ ਪੱਖਾ ਪਿਆ ਕੋਈ ਬਹੁਤ ਪੁਰਾਣਾ ਲੱਗਣਾ ਯੂਨਸ ਫੈਨ ਜ਼ਬਰਦਸਤ ਇਹ ਖਿੜਕੀਆਂ ਮਕਾਨ ਚੰਗਾ ਹੋਇਆ ਪਰ ਇਹ ਹੈ ਕਿ ਫੈਮਲੀ ਬਾਹਰਾਂ ਨਹੀਂ ਥਾਂ ਰਹਿਣੀ ਹੈ ਵੀ ਜਿਹਦਾ ਤੱਕ ਹੋਈ ਸਕੇ ਉਹ ਸਾਂਭੇ ਵੇ ਉਹਨਾਂ ਇਹ ਤੱਕੋ ਦਾਣੇ ਵਾਲੀ ਘਲੋਟੀ ਇਹ ਜਨਾਬ ਮਾਸ਼ਾਅੱਲਾ ਨਿੱਕੀ ਖਲਤੀ ਵੀ ਇਹ ਨਿੱਕੀ ਬਾਸੀ ਇਹ ਕਿਆ ਬਣਾਇਆ ਨੇ ਕੁੱਕੜਾ ਨੀ ਅਲਾ ਕੁੱਕੜ ਡੱਕਣੇ ਉੱਥੇ ਕਿਤਨੇ ਕੁੱਕੜ ਰੱਖੇ ਹੋਏ ਨੇ ਫਿਰ ਵੀ ਕੋਈ ਪਤਾ ਵੈ 10, 20, 25, 30 ਅਲਾ ਅੱਜ ਕੁੱਕੜ ਦੇਸੋ ਅਸੀਂ ਖਾਸ ਖਾਣੇ ਸੇ ਵੱਧ ਆ ਗਿਆ ਚੱਲ ਜੀ ਮਜ਼ਾਕ ਕਰ ਰਹੇ ਜਨਾਬ ਤੱਕੋ ਜਨਾਬ ਕਿਤਨਾ ਸੋਹਣਾ ਮਕਾਨ ਬਣਤਾ ਕੁੱਕੜਾ ਨੀ ਕੋਠਲੀ ਬਣਤੀ ਵੀ ਇੱਧਰ ਇਹ ਨਿੱਕੀਆਂ ਤੱਕੋ ਜਨਾਬ ਮਾਸ਼ਾਅੱਲਾ ਖੇਡੀਆਂ ਪਈਆਂ ਇਸ ਲਈ ਖੁਸ਼ ਹੋਈਆਂ ਨੀ ਕਿ ਫਿਲਮ ਬਣੀ ਪਈ ਸਾੜੀ ਤੇ ਬੱਕਰੀਆਂ ਵੀ ਰੱਖੀਆਂ ਹੋਈਆਂ ਕਿਤੀਆਂ ਬੱਕਰੀਆਂ ਰੱਖੀਆਂ ਨੇ ਅਲਾ ਤੱਕੋ ਜੀ ਮਾਸ਼ਾਅੱਲਾ ਜ਼ਬਰਦਸਤ ਬੇ ਜੀ ਇਹ ਬਹੁਤ ਕਿ ਇਹ ਅੰਦਰ ਖੱਟਾਂ ਛੱਟਾਂ ਬੜੀਆਂ ਪਈਆਂ ਹੋਈਆਂ ਸਬਜ਼ੀ ਪਕਾਸੋ ਆਣੇ ਚੂਜ਼ੇ ਰੱਖੇ ਕੁੱਕੜ ਬੜੇ ਸੋਹਣੇ
ਕੁੱਕੜੀਆਂ ਤੇਰਾ ਚਾਰ ਤਾਂ ਇੱਕ ਕੁੱਕੜ ਦੇਸੋ ਅਸਾਂਗੀ ਕਾਨੂੰ ਪਕੜ ਪੱਛੀ ਕੁੱਕੜਾ ਕੋ ਨਹੀਂ ਕੁੱਕੜੀ ਨਾ ਪਾ ਤਾਂ ਕਿਹਾ ਨੇ ਕੁੱਕੜ ਨਾ ਦੇਣੇ ਨੇ ਕੁੱਕੜਾ ਹੀ ਕੋਨਾ ਅਜਾ ਕੁੱਕੜੀ ਚਾਹੀਦੀ ਹੈ ਕਿਹੜਾ ਕੋਈ ਥਾ ਕੋਈ ਚਲੋ ਪੱਠੀ ਕਿਣੀ ਜਾਸਾਂ ਜੀ ਚਲੋ ਜੀ ਭੇਜੀ ਨਾ ਸ਼ੋਰ ਸ਼ੋਰ ਲਾਇਆ ਐ ਮਕਾਨ ਹੀ ਕੋਈ ਫਿਰ ਬਾਹਰੋਂ ਤੱਕੋ ਨਾਜ਼ਰੀਨ ਹੁਣ ਮੈਂ ਜਨਾਬ ਮਕਾਨਾ ਨਹੀਂ ਬੈਕ ਸਾਈਡ ਉੱਪਰ ਆਇਆ ਮੈਂ ਇੱਥੇ ਕਿ ਬੈਕ ਸਾਈਡ ਸਾਡੀ ਚੈੱਕ ਕਰਾਈ ਜਾ ਕਿ ਇਸਨੇ ਬੈਕ ਜਿਹੜੀਆਂ ਮਕਾਨਾਂ ਨੇ ਉਹ ਕਿਆ ਹਾਲਤ ਹੈ ਯਕੀਨ ਕਰੋ ਕਿ ਮਕਾਨ ਨੇ ਕੁਝ ਏਰੀਆ ਠੀਕ ਹਨ ਕੋਈ ਕਾਫੀ ਖਸਤਾ ਹਾਲਤ ਇਸਦਾ ਮਕਾਨ ਹੈ ਕਿਉਂਕਿ ਮੈਂ ਅਸੀਂ ਪਹਿਲੇ ਦੱਸਿਆ ਕਿ ਜਿਹੜੀ ਫੈਮਲੀ ਆਲਰੇਡੀ ਇੱਥੇ ਰਹਿਣੀ ਹੈ ਸੀ ਉਹਨਾਂ ਕਾਫੀ ਮਾਲ ਡੰਗਰ ਵੀ ਰੱਖਿਆ ਜਾ ਸਕਿਆ ਤੱਕ ਹੀ ਸਕਣੇ ਹੋ ਜਨਾਬ ਬੱਕਰੀਆਂ ਕੁੱਕੜ ਗਾਵਾਂ ਛਾਵਾਂ ਇਹ ਡਮੇਲੀ ਨੀ ਇੱਕ ਪਾਲਟੀ ਹੈ ਉਹਨਾਂ ਰੱਖੇ ਹੋਏ ਜਨਾਬ ਇੱਥੇ ਅਤੇ ਹੁਣ ਅਸਾਂ ਜਨਾਬ ਜੁੜੇ ਹਾਂ ਕਿ ਇਸ ਮਕਾਨ ਨਹੀਂ ਬੈਗ ਕਿਉਂਕਿ ਇਹ ਕਾਫੀ ਆਣੇ ਮਾਰਨੇ ਵੀ ਹੈ ਗਈਆਂ ਹੁਣ ਬੈਗ ਉੱਪਰ ਤੱਕੋ ਇਹ ਤੱਕ ਹੀ ਸਕਣੇ ਹੋ ਜਨਾਬ ਇੱਥੇ ਕਿਆ ਪੋਜੀਸ਼ਨ ਹੈ ਇਹ ਤੱਕੋ ਇਹ ਤਾਂ ਕਿਹਾ ਨੇ ਇਹ ਪੱਥਰ ਨੇ ਸਾਰੇ ਪੱਥਰ ਜਿਹੜੇ ਨਾ ਪੱਥਰਾਂ ਦਾ ਪਿੱਛੇ ਬੈਗ ਗਾਰਾ ਸੀ ਇਹ ਢਹੀ ਪਿਆ ਬਾਰਿਸ਼ਾਂ ਨਾਲ ਵਜ੍ਹਾ ਤੋਂ ਤਾਂ ਇਹ ਮਕਾਨ ਤੱਕੋ ਬੈਕ ਸਾਈਡ ਨਾਲ ਮਕਾਨਾਂ ਨਹੀਂ ਇਹ ਤੱਕ ਹੀ ਸਕਣੇ ਹੋ ਜਨਾਬ ਮੈਂ ਤੁਸਾਂ ਕਿ ਜਨਾਬ ਅੱਜ ਕੰਪਲੀਟ ਦੱਸੀਏ ਨਾ ਤੁਸੀਂ ਕੋਈ ਪਸੰਦ ਜੇ ਕਰਨੇ ਹੋ ਤਾਂ ਇਹ ਤਾਂ ਕੋਈ ਨਾ ਜਨਵਾਰ ਸ਼ਨਵਾਰ ਇਸ ਪਾਸੇ ਇਹ ਬੈਕ ਸਾਈਡ ਉੱਪਰ ਜਿਹੜਾ ਮਕਾਨ ਨੇ ਇਹ ਮੈਂ ਤੁਸੀਂ ਅੰਦਰੋਂ ਦੱਸਿਆ ਤਾਂ ਇਹ ਬੈਕ ਮਕਾਨਾ ਨਹੀਂ ਜਨਾਬ ਇਹ ਤਾਂ ਕੋਈ ਜਨਾਬ ਬੈਕ ਜਿਹੜੀ ਹੈ ਤੁਸੀਂ ਪਤਾ ਅਸਾਂ ਕਾਫੀ ਮੁਸ਼ਕਲ ਮੁਸ਼ਕਲ ਜਗ੍ਹਾ ਉੱਪਰ ਜਾਣੇ ਹਾਂ ਤੁਸਾਂ ਅਸੀਂ ਜਨਾਬ ਫਿਲਮ ਦੱਸਦੇ ਹਾਂ ਤਾਂ ਲਾਈਕ ਸਬਸਕ੍ਰਾਈਬ ਉਸਕੀ ਸ਼ੇਅਰ ਲਾਜ਼ਮੀ ਕਰਿਆ ਕਰੋ ਤਾਂ ਇਹ ਤਾਰੀਖੀ ਜਗ੍ਹਾ ਹੋਣੀਆਂ ਇਹ ਤਾਂ ਕੋ ਇਹ ਬੈਕ ਨੇ ਐਸੇ ਸੋਹਣੇ ਡਿਜ਼ਾਇਨ ਉਸ ਦੌਰ 'ਚ ਬਣਤੇ ਹੋਏ ਇਹ ਤਾਂ ਕਹਿੰਦੇ ਖਿੜਕੀਆਂ ਦਰਵਾਜ਼ੇ ਇਹ ਉੱਪਰ ਜਨਾਬ ਡਿਜ਼ਾਇਨ ਸੋਹਣੇ ਮਕਾਨ ਬਣਤੇ ਹੋਣੇ ਸਾਨੂੰ ਉਸ ਦੌਰ 'ਚ ਇਹ ਤਾਂ ਕੋ ਮਾਸ਼ਾ ਅੱਲਾ ਦੁਨੀਆ ਪਰ ਲੋਕ ਨਹੀਂ ਰਹੇ ਲੇਕਿਨ ਤੱਕੋ ਉਹਨਾਂ ਨੇ ਯਾਦਾਂ ਇੱਥੇ ਮੌਜੂਦ ਹੀ ਆ ਇਹ ਤਾਂ ਕਹਿੰਦੇ ਨਾਜ਼ਰੀਨ ਅੱਗੇ ਪਿੱਛੇ ਸਭ ਜੰਗਲ ਹੀ ਜੰਗਲ ਹੋਣਾ ਨੇ ਇੱਥੇ ਇਹ ਤੱਕੋ ਸਭ ਜੰਗਲ ਹੀ ਜੰਗਲ ਜੰਗਲ ਹੀ ਜੰਗਲ ਔਰ ਜੰਗਲਾਂ ਵਿੱਚ ਪੁਰਾਣੇ ਮਕਾਨ ਇੱਥੋਂ ਅੱਗੇ ਅੱਛੋ ਤਾਂ ਮੈਂ ਇੱਕ ਹੋਰ ਚੀਜ਼ ਬੜੀ ਜ਼ਬਰਦਸਤ ਇੱਥੇ ਨਜ਼ਰ ਆਈ ਹੈ ਜੀ ਉਹ ਵੀ ਤੁਸਾਂ ਕਿ ਚੈੱਕ ਕਰਾਉਣੇ ਆ ਜਨਾਬ ਇਹ ਕਿਸਾਂ ਸਾਰੀਆਂ ਚੀਜ਼ਾਂ ਚੈੱਕ ਨਾ ਕਰੀਆਂ ਜਾਣ ਇਹ ਤੱਕੋ ਜਨਾਬ ਇਹ ਤਾਂ ਕੀ ਨੇ ਇਹ ਤੁਸਾਂ ਜਾਣੇ ਹੀ ਹੋ ਸਾਰਿਆਂ ਕਿਤੇ ਨਹੀਂ ਪਤਾ ਹੋਣਾ ਲੇਕਿਨ ਇਹ ਤੱਕੋ ਇਹ ਜਿਵੇਂ ਸ਼ੱਕ ਪੈਣਾ ਹੈ ਕੋਈ ਉਹ ਕੁਤਰਾ ਕੁਤਰਾ ਮਸ਼ੀਨ ਜੀ ਹੋਣੀ ਕੁਤਰੇ ਨੇ ਇਸੇ ਕੋਈ ਚੀਜ਼ਾਂ ਇਹ ਜ਼ਬਰਦਸਤ ਹੈ ਜੀ ਇਹ ਤਾਂ ਕੀ ਨੇ ਇਹ ਤੱਕੋ ਬੜੀ ਸਖਤ ਹੈ ਜੀ ਇਹ ਤੱਕੋ ਇਹ ਵੀ ਇੱਥੇ ਮੌਜੂਦ ਹੈ ਇਸ ਮਕਾਨ ਨੇ ਅੰਦਰ ਇੱਧਰ ਵੀ ਤੱਕੋ ਮਕਾਨ ਇਹ ਤੱਕੋ ਨਾਜ਼ਰੀਨ ਇਸ ਮਕਾਨ ਨੇ ਇੰਨਾ ਜਾਨਵਰ ਬਣਨੇ ਸੀ ਵੀ ਜਗ੍ਹਾ ਬਣਾਈ ਵੀ ਹੈ ਅੱਗੇ ਮੈਂ ਤੁਸੀਂ ਦੱਸਿਆ ਕਿ ਜਿਹੜੀ ਇੱਥੇ ਆਬਾਦ ਹੈ ਜਿਹੜੇ ਉਹ ਇੱਥੇ ਇੰਨਾ ਜਾਨਵਰ ਸ਼ਨਵਾਰ ਰੱਖੇ ਹੋਏ ਇਹ ਤੱਕੋ ਇੰਨਾ ਜਾਨਵਰ ਅੰਦਰੋਂ ਤੱਕੋ ਇਹ ਉਹ ਕੋਠੀ ਨੇ ਜਿਹੜੀ ਬਾਹਰੋਂ ਨਾ ਵੱਟਿਆ ਨਹੀਂ ਬਣਾਈ ਵੀ ਹੈ ਇਹ ਤੱਕੋ ਅੰਦਰੋਂ ਵੀ ਤੁਹਾਨੂੰ ਦੱਸਣੀ ਆ ਇਹ ਤੱਕੋ ਜਨਾਬ ਵਾਹ ਜੀ ਵਾਹ ਕੋਈ ਪ੍ਰੋਪਰ ਲੱਕੜੀ ਦਾ ਸੈਟਅਪ ਇਸ ਤਰ੍ਹਾਂ ਜਨਾਬ ਮੈਂ ਜਾ ਹੀ ਰਿਹਾ ਜਨਾਬ ਛੱਤਾ ਪਰ ਮੈਂ ਛੱਤਾ ਪਰ ਫਿਲਮ ਬਣਾਈ ਤਾਂ ਦੱਸੀ ਹੈ ਮੈਂ ਤੁਸਾਂ ਕਿ ਇੱਧਰ ਕਿਆ ਕੋਈ ਹਾਲਾਤ ਹੈ ਇਹ ਤੱਕੋ ਜਨਾਬ ਮਾਸ਼ਾ ਅੱਲਾ ਆ ਗਿਆ ਜਨਾਬ ਛੱਤਾ ਪਰ ਤਾਂ ਛੱਤਾ ਪਰ ਪਹਿਲੇ ਇਸ ਨੇ ਸਾਥ ਹੀ ਤੱਕੋ ਇਹ ਧੂੰਆਂ ਕੱਢਣੇ ਲਾ ਜਨਾਬ ਸਿਸਟਮ
ਤੈਨੂੰ ਕਿਉਂ ਇਹ ਕੋਠਾ ਟਿਆਣਾ ਤਾਂ ਨਹੀਂ? ਪੱਕਾ ਗੱਲ ਹੈ ਤੁਸਾਂ ਰੋਜ਼ ਛੱਡਣੇ ਹੋਣਾ? ਅਸਾਂ ਰੋਜ਼ ਨਾ ਛੱਡਣੇ। ਇਹ ਤਾਂ ਕਹਿ ਰਿਹਾ ਇਹ ਉੱਪਰ ਸਾਰਾ ਮਿੱਟੀ ਹੈ, ਇਹ ਮਿੱਟੀ ਨਾਲ ਲੰਮਿਆ ਸਾਰਾ, ਮਿੱਟੀ ਘਾਹ ਸ਼ਾਹ ਉੱਪਰ, ਜ਼ਰਾ ਪੁਰਾਣੇ ਮਕਾਨ ਹੈ, ਤਾਰੀਖੀ, ਇਹ ਤਾਂ ਸਦੀਆਂ ਪੁਰਾਣੇ। ਇਹ ਤਾਂ ਕੀ ਸਕਣੋ ਜਨਾਬ ਇਸ ਪਾਸਾ ਵੀ ਉਹ ਤਾਂ ਕੁਛ ਲੈ ਜਨਾਬ ਹੈ ਜੀ, ਕੰਮ ਕਰਨੇ ਪਏ ਤਾਂ ਕਹਿੰਦੇ ਪੁਰਾਣੇ ਲੋਕ ਕਿਸਾਂ ਮਿਹਨਤ ਕਰਨੇ। ਇਹ ਤਾਂ ਕੁਝ ਨਾ, ਮਾਸ਼ਾਅੱਲਾ ਮਾਸ਼ਾਅੱਲਾ, ਕਿਆ ਬਾਤ ਹੈ, ਕਿਆ ਨਜ਼ਾਰੇ ਨੇ ਪੁਰਾਣੇ ਮਕਾਨਾਂ ਨੇ ਜੀ। ਨਾਜ਼ਰੀਨ ਇਸ ਤਰ੍ਹਾਂ ਸਾਡੇ ਕੋਲ ਆ ਚੁੱਕੇ ਜਨਾਬ ਚੌਧਰੀ ਸ਼ਾਬਾਨ ਸਾਹਿਬ। ਅਜ਼ਤ ਕਿਆ ਹਾਲ ਹੈ? ਠੀਕ ਹੋ? ਠੀਕ ਠਾਕ ਜਨਾਬ, ਸਿਹਤ ਵੀ ਠੀਕ ਹੈ ਨਾ? ਮਾਸ਼ਾਅੱਲਾ। ਤਾਂ ਜਨਾਬ ਅੱਜ ਇੱਕ ਹੋਰ ਤਾਰੀਖੀ ਮਕਾਨ ਤੁਸਾਂ ਨੇ ਰੈਲੇਟਿਵ ਰਿਸ਼ਤੇਦਾਰਾਂ ਨਾਲ ਹੈ ਜੀ, ਕਿਆ ਬਣਿਆ ਉਸਨੇ ਬਾਰੇ? ਹੁਣ ਆਪੂ ਦੁਨੀਆਂ ਪਰ ਨਹੀਂ ਰਹੇ, ਲੇਕਿਨ ਤੱਕੋ ਕਿ ਉਹਨਾਂ ਦੀਆਂ ਯਾਦਾਂ ਇੱਥੇ ਹਨ। ਯਾਦਾਂ ਤਾਂ ਇਹਨਾਂ ਨੇ, ਕਿਉਂਕਿ ਔਲਾਦਾਂ ਤੱਕਾ ਬੱਚਾ, ਉਹ ਕਿਧਰੋਂ ਨੇ? ਇੰਗਲੈਂਡ ਹੋਣੇ। ਅਸ਼ਲੇ ਕੋ ਨੀ? ਅੱਛਾ, ਹੁਣ ਲਾਸਟ ਟਾਈਮ ਕਿੰਨਾ ਅਰਸਾ ਹੋਇਆ ਪਹਿਲੇ ਆਏ ਹੋ? ਉਸੇ ਤੱਕ ਤਕਰੀਬਨ ਕਾਫੀ ਅਰਸਾ ਹੋਈ ਆ। ਅੱਛਾ, ਆਇਆ ਸਾ ਸ਼ਾਦੀ ਵੀ ਤੇ ਬਾਅਦ ਨਿਸ਼ਾ ਕਾ ਮੁਰੇ ਹੋਈ ਆ। ਕੋਈ ਨਹੀਂ, ਬਾਅਦ ਇੱਕ ਵਾਰੀ ਆਇਆ। ਅੱਛਾ, ਇਧਰ ਨਹੀਂ ਆਇਆ। ਇਹ ਕਿਆ ਬਲਾ ਬੁਲਾ ਕੀ ਕੀ ਨਹੀਂ ਇਸਨੇ ਪਿੱਛੇ ਵਾਪਸ? ਉਹਨਾਂ ਦੀ ਮਰਜ਼ੀ ਨਾ, ਮਸਲਾ ਮਰਜ਼ੀ ਨਾ ਮਾਲਕ ਹੈ। ਚਲੋ ਜੀ, ਇਹਦਾ ਆਪਣਾ ਕਾਰਨ ਹੈ ਨਾ ਅਛੰਦਾ। ਤਾਂ ਜੋ ਅਛੰਦਾ ਇੱਥੇ ਅਛਨੇ ਜਾਂ ਕਿਸੇ ਹੋਰ ਮਕਾਨ ਹੈ ਜਿਸਨੇ? ਇਹ ਅਛੰਦਾ ਇੱਥੇ ਅਛਨਾ। ਅੱਛਾ, ਤਕਣੇ ਸੁਣਨੇ ਸੇ ਜ਼ਰਾ ਜ਼ਮੀ ਜਦਾਦ ਵੀ ਹੋਣੀ, ਸਾਰਾ ਕੁਝ ਆਪਣਾ ਹੋਣਾ, ਤਕਣੇ ਸੁਣਨੇ। ਚਲੋ ਜਨਾਬ, ਚੋਈ ਸਾਹਿਬ ਦੀ ਮੁਲਾਕਾਤ ਹੋ ਗਈ ਹੈ ਤਾਂ ਜਨਾਬ ਮਕਾਨ ਵੀ ਤੁਸੀਂ ਕੀ ਦੱਸਿਆ ਜਨਾਬ ਮਾਸ਼ਾਅੱਲਾ। ਤਾਂ ਚਲੋ ਫਿਰ ਇਨਸ਼ਾਅੱਲਾ ਚੋਈ ਸਾਹਿਬ ਮੁਲਾਕਾਤ ਹੋ ਸੀ ਤੁਸਾਂ ਨਾਲ। ਹਾਂ ਜੀ ਚਾਚਾ, ਮੁੜੀ ਆਏ ਹੋ? ਮੁੜੀ ਆਏ। ਕੁਦਰ ਗਏ ਸੀ ਹੋ? ਹਾਂ। ਤਾਂ ਕਿੰਨਾ ਅਰਸਾ ਹੋ ਗਿਆ ਇੱਥੇ ਆਜ਼ਾਦ ਕਸ਼ਮੀਰ ਵਿੱਚ? ਅੱਛਾ, ਨਵੇਂ ਨਵੇਂ ਆਏ ਹੋ? ਕੈਸਾ ਪਾਇਆ ਨੇ? ਅੱਛਾ ਇਲਾਕਾ। ਤਾਂ ਮਕਾਨ ਪਸੰਦ ਨੇ? ਪੁਰਾਣਾ ਪਸੰਦ ਨੇ ਜੀ, ਅਸਾਂ ਆਪੂ ਜੇ ਪੁਰਾਣੇ ਆਦੇ। ਅੰਦਰ ਸਮਾਨ ਬੜਾ ਜ਼ਬਰਦਸਤ ਸਮਾਨ ਰੱਖਿਆ। ਕਿਆ ਕਿਆ ਰੱਖਿਆ ਪੁਰਾਣੇ ਸਮਾਨ ਚੋਂ? ਦਾਦਾ ਨਾਲ ਕਿਹੜਾ ਕਿਹੜਾ ਪੁਰਾਣਾ ਸਮਾਨ ਰੱਖਿਆ? ਪੁਰਾਣਾ ਨਵਾਂ ਮਾਡਲ ਆਇਆ ਨਾ, ਉਹ ਆਣੇ ਗੰਦ ਪਏ ਆ, ਉਂਗਲੀਆਂ ਸਨ ਉਹ ਪਵ ਗਏ, ਗਾਣੀਆਂ ਸਾਡੇ ਇਲਾਕੇ ਜੁਲੋ ਤਾਂ ਚਲੋ ਉੱਥੇ ਜੁਲਸਾ ਇਨਸ਼ਾਅੱਲਾ। ਅੱਛਾ, ਕਿਆ ਬਣੇ ਹੋ? ਵੈਸੇ ਸ਼ੌਕ ਰੱਖਣੇ ਹੋ ਜਾਂ ਨਾ ਸ਼ੌਕ ਨਾ ਰੱਖੇ ਨਾ? ਅੱਛਾ, ਇੱਥੇ ਵੈਸੇ ਇਹਨੇ ਮਿਲਣ ਆਇਆ ਸਾ। ਅੱਛਾ ਅੱਛਾ, ਬੱਚਾ ਮੇਰਾ ਆਪਣਾ ਆਪਣੀਆਂ ਗੱਡੀਆਂ ਨੂੰ। ਅੱਛਾ, ਦੋ ਜ਼ਬਰਦਸਤ। ਚਲੋ ਜੀ, ਕਹਿਣਾ ਕਿ ਚਲੋ ਜਨਾਬ ਠੀਕ ਹੋਈ ਗਿਆ ਜਨਾਬ, ਬਜ਼ੁਰਗਾਂ ਨਾਲ ਗੱਪ ਸ਼ੱਪ ਹੋਈ ਕੀ ਹੈ, ਕਾਫੀ ਮਜ਼ੇ ਵਾਲੇ ਬੰਦੇ ਲੱਭੇ, ਐ ਸ਼ੌਕੀਨ ਹੈ ਦਾਦਾ ਨੇ। ਅਸੀਂ ਪਤਾ ਸਾਡੇ ਦਾਦਾ ਨੇ ਤਾਂ ਇਹ ਇਲਾਕਾ ਕਾਫੀ ਮਸ਼ਹੂਰ ਹੈ ਨਾ, ਤਾਂ ਇਹਨਾਂ ਨੂੰ ਫੋਨ ਆਇਆ ਸੀ ਜਾਣਾ ਸੀ। ਅੱਛਾ, ਜਲਸਾ ਸੀ, ਠੀਕ ਹੈ। ਜਿਸ ਨੇ ਮਾਰਿਓ ਫਿਰ ਖਾਨ ਆਖਿਆ ਵੇ ਨਾ ਵਾਏ
ਤੂੰ ਚੰਗੀ ਮਾਰੋ ਖਾਣਾ ਮਾੜੀ ਹੋ ਜਾਏ ਚੁੱਟਿਆ ਜਾਵੇ। ਅੱਛਾ ਦਾਂਦ ਅਸਨ ਪਾਸੇ ਕਰਾ ਲੈਣੋ। ਅੱਛਾ 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 ਚਲੋ ਜੀ ਲੈ ਵੀ ਆਣ ਅਸਨ ਕਰਾ ਲੈਣੋ ਕਰਾ ਲੈ ਨੱਪੇ ਹੋਣੇ ਨੇ। ਹਾਂ 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 ਤੇ ਉਹਨਾਂ ਨੂੰ ਹੋਰ ਸ਼ੋ ਕੋਲ ਚਲੋ ਠੀਕ ਜੇ ਜਿੰਗਰੀ ਵਾਲੇ ਨੇ ਖੁੱਲੇ ਹੋਣੇ ਸਨ ਖੁੱਲੇ ਛੋੜਨੇ ਨੂੰ। ਅੱਛਾ ਜੀ ਚਲੋ ਠੀਕ ਚਲੋ ਠੀਕ ਹੋ ਗਿਆ ਨਾ ਇਹਨਾਂ ਦਾ ਜਨਾਬ ਇਨਸ਼ਾ ਅੱਲਾਹ ਉਧਰ ਜੁਲਸਾ ਇਹਨਾਂ ਨੇ ਇਲਾਕੇ ਵਿੱਚ ਤਾਂ ਉੱਥੇ ਜਾ ਕੇ ਇਹਨਾਂ ਨੇ ਦਾਂਦ ਵੀ ਤਕਸਾਂ ਤਾਂ ਇਹਨਾਂ ਨੇ ਪੁਰਾਣੇ ਮਕਾਨ ਵੀ ਤਕਸਾਂ ਤਾਂ ਕੋਈ ਬਾਬਰ ਕਾਫੀ ਸ਼ੌਕੀਨ ਆਦਮੀ ਹੈ ਮਜ਼ਾ ਆਇਆ ਇਹਨਾਂ ਨੇ ਗੱਪ ਸ਼ੱਪ ਲਾਈ ਇਹਨਾਂ ਬੜੀ ਮਿਹਰਬਾਨੀ ਫਿਰ ਗੱਪ ਹੋ ਸੀ ਤੁਸਾਂ ਇਨਸ਼ਾ ਅੱਲਾਹ। ਇਸ ਤਰ੍ਹਾਂ ਜਨਾਬ ਇਜਾਜ਼ਤ ਕੇ ਇਨਸਾਨ ਮਾਂ ਜੀ ਅੱਲਾਹ ਸੋਹਣੇ ਨੇ ਵਾਲਾ ਬੜਾ ਮਜ਼ਾ ਆਇਆ ਤੁਸਾਂ ਨੇ ਘਾਟ ਤੱਕੇ ਪੁਰਾਣੇ ਤਾਂ ਤੁਸਾਂ ਦੀਆਂ ਯਾਦਾਂ ਤੱਕੀਆਂ ਚੀਜ਼ਾਂ ਤੱਕੀਆਂ ਗੱਪਾਂ ਸ਼ਰਪਾਂ ਹੋਈਆਂ ਇਹ ਨਿੱਕੀਆਂ ਤਾਂ ਨਿੱਕੀਆਂ ਪੜ੍ਹਿਆ ਅੱਲਾ ਇਹ ਜਨਾਬ ਨਿੱਕੀਆਂ ਪੜ੍ਹ ਸਨ ਇਨਸ਼ਾ ਅੱਲਾਹ ਤਾਂ ਕੋਈ ਡਾਕਟਰ ਬਣ ਸੀ ਕੋਈ ਇੰਜੀਨੀਅਰ ਬਣ ਸੀ ਤੁਸਾਂ ਕਿਆ ਬਣਨਾ ਕਿਆ ਬਣ ਸੋ ਮਾਰੋ ਇਹ ਫੌਜੀ ਫੌਜੀ ਤਾਂ ਤੁਸਾਂ ਜੀ ਤੁਸਾਂ ਹੀ ਫੌਜੀ ਤਾਂ ਤੁਸਾਂ ਚਲੋ ਚੰਗਾ ਸਾਰੇ ਫੌਜੀ ਬਣਨੇ ਪਏ ਥਾਣੇਦਾਰ ਕੋਈ ਵੀ ਨਹੀਂ ਬਣੀ ਰਿਹਾ।